ਲੁਧਿਆਣਾ ਦੇ ਜੋਧੇਵਾਲ ਬਸਤੀ ਵਾਲੀ ਸਾਈਡ ਤੋਂ ਆ ਰਹੀ PRTC ਦੀ ਬੱਸ ਦੀ ਚਪੇਟ ਵਿੱਚ ਆ ਕੇ ਇੱਕ ਵਿਅਕਤੀ ਦੀ ਹੋਈ ਮੌਤ ਤੋਂ ਭੜਕੇ ਲੋਕਾਂ ਨੇ ਬੱਸ ਨੂੰ ਅੱਗ ਲਗਾ ਦਿੱਤੀ। ਫਾਇਰ ਸਰਵਿਸ ਦੇ ਮੁਲਾਜ਼ਮਾਂ ਨੇ ਜਿੱਥੇ ਘਟਨਾ ਵਾਲੀ ਥਾਂ ਪਹੁੰਚ ਅੱਗ ਨੂੰ ਬੁਝਾਇਆ, ਉੱਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਬੱਸ ਦੀ ਚਪੇਟ ਵਿੱਚ ਆਉਣ ਵਾਲਾ ਵਿਅਕਤੀ ਸੁਭਾਸ਼ ਨਗਰ ਦਾ ਰਹਿਣ ਵਾਲਾ ਸੀ। ਉਹਨਾਂ ਕਿਹਾ ਹੈ ਕਿ ਅਜੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੇ ਨਾਲ ਨਾਲ ਸਰਕਾਰੀ ਬੱਸ ਨੂੰ ਅੱਗ ਲਾਉਣ ਵਾਲਿਆਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਬੱਸ ਆ ਰਹੀ ਸੀ PRTC ਦੀ ਜੋਧੇਵਾਲ ਚੌਂਕ ਸਾਈਡ ਤੋਂ, ਅਤੇ ਮੋਟਰਸਾਈਕਲ ਬੁਲਟ 'ਤੇ ਅਰਵਿੰਦ ਨਾਂ ਦਾ ਮੁੰਡਾ ਨਿਊ ਸੁਭਾਸ਼ ਨਗਰ ਦਾ ਜਾ ਰਿਹਾ ਸੀਗਾ, ਅਤੇ ਉਹ ਐਕਸੀਡੈਂਟ ਹੋ ਗਿਆ ਅਤੇ ਉਹਦੀ ਮੌਕੇ 'ਤੇ ਡੈਥ ਹੋ ਗਈ ਸੀ, ਅਤੇ ਉਹ ਪਰਚਾ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ, ਬੋਡੀ ਸਿਵਲ ਹੋਸਪਿਟਲ ਭੇਜ ਦਿੱਤੀ। ਬੱਸ ਨੂੰ ਅੱਗ ਲੋਕ ਭੀੜ ਜੀ ਇਕੱਠੀ ਹੋਈ ਸੀ, ਕਰ ਰਹੇ ਆਇਡੈਂਟੀਫਾਈ, ਉਹ ਵੀ ਕਾਰਵਾਈ ਕਰਾਂਗੇ। ਸਰਕਾਰੀ ਬੱਸ ਨੂੰ ਅੱਗ ਲਾਈ ਉਹ ਅਲੱਗ ਕੇਸ ਦੇ ਇਸ਼ੂ ਕਰਾਂਗੇ। ਇਹ ਵੈਰੀਫਾਈ ਕਰਾਂਗੇ, ਹਲੇ ਮੈਂ ਤਾਂ ਮੌਕੇ 'ਤੇ ਹੈ ਨਹੀਂ, ਵੈਰੀਫਾਈ ਕਰਾਂਗੇ। ਡਰਾਈਵਰ ਹੈ ਨਹੀਂ ਮੌਕੇ 'ਤੇ, ਕੰਡਕਟਰ ਵੀ ਹੈ ਨਹੀਂ, ਜਦੋਂ ਅਸੀਂ ਪਹੁੰਚੇ ਉਦੋਂ ਤਾਂ ਨਿਕਲ ਗਈਆਂ ਸੀਗੀਆਂ, ਹੈ ਨਹੀਂ ਜੀ, ਵਿੱਚ ਕੋਈ ਖਾਲੀ ਸੀ ਬੱਸ ਖੜੀ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।